6 ਫੁੱਟ ਦੀ ਕਾਠੀ ਸਿੱਧੂ ਮੂਸੇਵਾਲਾ ਜੋ ਕਿ ਇਸ ਜੱਗ ਜਹਾਨ ਤੋਂ ਚਲਾ ਗਿਆ ਸੀ, ਉੱਥੇ ਹੀ ਦੋਸਤੋ ਬੇਰੰਗ ਪਈ ਸੀ ਉਸਦੀ ਹਵੇਲੀ। ਪਿਛਲੇ 2 ਸਾਲ ਤੋਂ ਪੂਰੇ ਪਿੰਡ ਨੇ ਜੋ ਕਿ ਹੋਲੀ ਨਹੀਂ ਮਨਾਈ ਸੀ, ਅਤੇ ਹੁਣ ਜਦੋਂ ਨਿੱਕਾ ਸਿੱਧੂ ਵਾਪਸ ਆਇਆ ਤਾਂ ਉਸਦੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਕਿ ਕਿੱਦਾਂ ਹੋਲੀ ਮਨਾਈ ਜਾ ਰਹੀ ਹੈ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਉੱਥੇ ਹੀ। ਦੋਸਤੋ ਜਦੋਂ ਇਸ ਪੂਰੇ ਪਿੰਡ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਾਣ ਤੋਂ ਬਾਅਦ 2 ਸਾਲ ਹੋ ਗਏ ਸੀ ਕਿ ਹੋਲੀ ਨਹੀਂ ਮਨਾਈ ਗਈ ਸੀ, ਅਤੇ ਉਸੇ ਦੋਸਤੋ ਜਦੋਂ ਹੁਣ ਸਿੱਧੂ ਮੂਸੇਵਾਲਾ ਦੁਬਾਰਾ ਇਸ ਪਿੰਡ ਦੇ ਵਿੱਚ ਵਾਪਸ ਆ ਗਿਆ ਤਾਂ ਪੂਰੇ ਪਿੰਡ ਅਤੇ ਮੁਹੱਲੇ ਦੇ ਵਿੱਚ ਬਹੁਤ ਹੀ ਖੁਸ਼ੀ ਆ, ਅਤੇ ਸਾਰੇ ਪਾਸੇ ਉੱਥੇ ਰੰਗ ਮਨਾਏ ਜਾ ਰਹੇ ਨੇ, ਹੋਲੀ ਖੇਡੀ ਜਾ ਰਹੀ ਹੈ ਉੱਥੇ। ਦੋਸਤੋ ਬੜੇ ਹੀ ਭਾਗਾ ਵਾਲਾ ਦਿਨ ਇਹ, ਵਾਪਸ ਤੋਂ ਮੁੜ ਕੇ ਵਾਹਿਗੁਰੂ ਨੇ ਇਹਨਾਂ ਦੇ ਉੱਪਰ ਕਿਰਪਾ ਕੀਤੀ ਹੈ। ਉੱਥੇ ਦੋਸਤੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਮੇਰੇ ਘਰੇ ਲਿਖਣਾ ਨਾ ਭੁੱਲਣਾ, ਜੇਕਰ ਤੁਹਾਨੂੰ ਵੀਡੀਓ ਬਦਲ ਗਈ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਜੁੜੇ ਰਹੋ, ਰੱਬ ਰੱਖ।